Vitas bringing art to jewelry costume designer jewelry bangles bindis hair accessories specialist in bridal jewelry plus exclusive wedding accessories we also do wholesale Vitas 137 Belgrade Road Leicester call Leicester 0116

ਹਾਂਜੀ ਤੇ ਮੈਨੂੰ ਗਾਣਾ ਸੁਣਾ ਚਾਹਨਾ ਹੈ ਮਾਂ ਤੁਝੇ ਸਲਾਮ ਇਹ ਹੁਣੇ ਗਾਣਾ ਲੱਗਿਆ ਸੀ ਜੀ ਨਹੀਂ ਉਹ ਨਹੀਂ ਲੱਗਿਆ ਜੀ ਜੀ ਮਾਂ ਤੁਝੇ ਸਲਾਮ ਹਾਂ ਜੀ ਹਾਂ ਜੀ ਹੁਣੇ ਲਗਾਇਆ ਸੀ ਸਲਾਮ ਕਰਦੇ ਆ ਸਾਰੇ ਬੰਦਿਆਂ ਨੂੰ ਹਾਂ ਜੀ ਤੇ ਮੈਂ ਬੋਲਣਾ ਪਾਲ ਤੇ ਮੇਰਾ ਯਾਰ ਉਸ ਦੀਪਾ ਹਾਂ ਜੀ ਹਾਂ ਜੀ ਅਸੀਂ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਆ 26 ਜਨਵਰੀ ਦੀਆਂ ਤੁਹਾਨੂੰ ਸਾਰਿਆਂ ਨੂੰ ਅਸੀਂ ਇਟਲੀ ਵਾਲਿਆਂ ਨੂੰ 26 ਜਨਵਰੀ ਦੇ ਉੱਪਰ ਮੁਬਾਰਕਬਾਦ ਪੇਸ਼ ਕਰਦੇ ਆ ਹਾਂ ਜੀ ਤੇ ਮੈਨੂੰ ਸੌਰੀ ਤੇ ਸਾਨੂੰ ਫੋਨ ਆਪਣਾ ਸਾਨੂੰ ਮਾਫ਼ ਇਸਲਾਮੁ ਅਲੈਕੁਮ ਸਲਾਮ ਹੋਵੇ ਚਲੋ ਮੈਂ ਆਪਣੇ ਕੰਟਰੋਲ ਰੂਮ 'ਚ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਤੇ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਗੀਤ ਸੁਣਾਉਣ ਦੀ ਓਕੇ ਜੀ ਥੈਂਕ ਯੂ ਜੀ ਅਗਲੀ ਕਾਲ ਵੱਲ ਚਲਾਂਗੇ ਹੈਲੋ ਜੀ ਹੈਲੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਮੈਂ 26 ਜਨਵਰੀ ਦੀਆਂ ਬਿਲਕੁਲ ਤੁਹਾਨੂੰ ਅਸੀਂ ਵਧਾਈਆਂ ਪੇਸ਼ ਕਰਦੇ ਹਾਂ ਕੌਣ ਬੋਲ ਰਿਹਾ ਕਿਹੜੇ ਸ਼ਹਿਰ 'ਚ ਬੋਲ ਰਿਹਾ ਹਾਂਜੀ ਮੈਂ ਬੋਲ ਰਿਹਾ ਤੋਂ ਬਰਮਿੰਗਮ ਤੋਂ ਬੋਲ ਰਿਹਾ ਬਰਮਿੰਗਮ ਤੋਂ ਕੀ ਨਾਮ ਹੈ ਤੁਹਾਡਾ ਰਾਜੂ ਰਾਜੂ ਜੀ ਵਾਟ ਅ ਬਿਊਟੀਫੁਲ ਨੇਮ ਥੈਂਕ ਯੂ ਥੈਂਕ ਯੂ ਤੁਹਾਡਾ ਪ੍ਰੋਗਰਾਮ ਦੇਖਿਆ ਬਹੁਤ ਸਾਨੂੰ ਰਾਜ ਜੀ ਬਧਾਈਆਂ ਪੇਸ਼ ਕਰਦੇ ਆ ਰਿਹਾ ਔਰ ਸਪੈਸ਼ਲੀ ਜਿਹੜਾ ਤੁਸੀਂ ਗਾਣਾ ਲਗਾਇਆ ਉਹ ਤੇ ਬਹੁਤ ਹੀ ਮਤਲਬ ਇੱਕ ਸਾਡਾ ਪਸੰਦੀਦਾ ਗਾਣਾ ਹੈ ਹਾਂਜੀ ਬਿਲਕੁਲ ਔਰ ਇੱਕ ਤੁਹਾਡਾ ਜਿਹੜਾ ਸ਼ੋਅ ਵੀ ਉਹ ਵੀ ਸਾਡਾ ਪਸੰਦੀਦਾ ਸ਼ੋਅ ਹੈ ਥੈਂਕ ਯੂ ਜੀ ਥੈਂਕ ਯੂ ਅਸੀਂ ਰੀਅਲੀ ਤੁਹਾਡਾ ਪ੍ਰੋਗਰਾਮ ਜਿਹੜਾ ਬੜੇ ਸ਼ੌਕ ਨਾਲ ਪੂਰਾ ਵੀਕ ਵੇਟ ਕਰਨੇ ਆ ਫਿਰ ਕਿ ਤੁਸੀਂ ਸਾਰੇ ਕੰਮ ਕਰ ਛੋੜ ਕੇ ਤੇ ਤੁਹਾਡੇ ਘਰਾਂ ਦੇ ਸਾਹਮਣੇ ਟੀਵੀ ਦੇ ਸਾਹਮਣੇ ਬਹਿ ਜਾਣੇ ਸੀ ਸੋ ਸਵੀਟ ਆਫ ਯੂ ਸੋ ਨਾਈਸ ਆਫ ਯੂ ਯਾ ਸੀ ਕੈਨੇਡੀ ਬਸ ਹੋਰ ਸੀ ਕੁਝ ਨਹੀਂ ਕਰਨਾ ਖਾਣਾ ਵੀ ਨਹੀਂ ਖਾਣਾ ਸਾਡੀ ਰੋਟੀ ਪੂਰੀ ਹੋ ਜਾਂਦੀ ਤੁਹਾਡਾ ਨਹੀਂ ਨਹੀਂ ਖਾਣਾ ਵਗੈਰਾ ਖਾ ਲਿਆ ਕਰੋ ਨਾ ਪਹਿਲਾਂ ਉਹ ਖਾਣਾ ਸਾਹਮਣੇ ਲੈ ਕੇ ਬੈਠ ਜਾਇਆ ਕਰੋ ਕੁਝ ਕੀ ਕਰੀਏ ਖੁਦ ਪਕਾਣਾ ਹੁੰਦਾ ਨਾ ਜੀ ਫਿਰ ਅੱਛਾ ਮੈਂ ਕਹਿੰਦਾ ਅਸੀਂ ਬੁਰਕੀ ਨਹੀਂ ਮੰਗਦੇ ਸਾਹਮਣੇ ਬੈਠ ਕੇ ਖਾਇਆ ਕਰੋ ਹਾਂ ਨਹੀਂ ਹੁਣ ਇੰਜ ਕਰਾਂਗੇ ਸਾਹਮਣੇ ਬੈਠ ਕੇ ਬਿਲਕੁਲ ਖਾ ਕੇ ਬੈਠ ਕੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਅੱਛਾ ਲੱਗਿਆ ਸ਼ੁਕਰੀਆ ਰਾਜ ਜੀ ਯਾਦ ਕਰਿੰਦਾ ਓਕੇ ਜੀ ਔਰ ਅਗਲੀ ਕਾਲ ਵੱਲ ਵਧਾਂਗੇ ਅਸੀਂ ਹੈਲੋ ਜੀ ਹੈਲੋ ਹੈਲੋ ਓ ਹੈਲੋ ਬਧਾਈਆਂ ਆਪਰੇ 26 ਜਨਵਰੀ ਦੀਆਂ ਅਸੀਂ ਤੁਹਾਨੂੰ ਬਧਾਈਆਂ ਪੇਸ਼ ਕਰਦੇ 62 61 61 61 ਇਪਬਲਿਕ ਡੇ ਰਿਪਬਲਿਕ ਡੇ ਯੋ ਕੈਨ ਯੂ ਪੁਟ ਅ ਸੌਂਗ ਫੋਰ ਮੀ ਪਲੀਜ਼ ਵਿਚ ਵਨ ਮੁੰਗੇ ਸਕਲ ਨਹੀਂ ਗਿਆ ਸੀਗਾ ਹਾਂ ہمارا ਹਿੰਦੁਸਤਾਨ ਹਾਂਜੀ ਚਲੋ ਅਸੀਂ ਦੇਖਦੇ ਹਾਂ ਕਿਹੜੇ ਕਿਹੜੇ ਗੀਤ ਤੁਹਾਨੂੰ ਅਸੀਂ ਪੇਸ਼ ਕਰਦੇ ਹਾਂ

ਅਗਲਾ ਕੋਈ ਜਗਾਣਾ ਹੋਵੇ ਸਾਡੀ ਫੈਮਲੀ ਦੇ ਨਾਂ ਕਰ ਦੇ ਜ਼ਰੂਰ ਅਸਕਰ ਜੀ ਤੁਹਾਡੇ ਨਾਮ ਤੇ ਅਸੀਂ ਤੁਹਾਡੀ ਫੈਮਲੀ ਦੇ ਨਾਂ ਬਹੁਤ ਬਹੁਤ ਚੱਕਰ ਗਾਮ ਜਾ ਰਹੇ ਮੇਰੇ ਵੱਲੋਂ ਸਾਰੇ ਪ੍ਰੈਜੈਂਟਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾ ਬਹੁਤ ਚੱਕਰ ਗਾਮ ਜਾ ਰਹੇ ਬਹੁਤ ਸ਼ੁਕਰੀਆ ਅਸਕਰ ਜੀ ਤਾਂ ਸੱਚ ਰੁਕੀ ਤੱਕ ਆਲਾ ਲੱਗ ਚਲੋ ਗੱਲ ਵੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਹੈ ਪਤਾ ਕੀ ਅਸੀਂ ਤਾਂ ਹੀ ਪ੍ਰੋਮੋ ਚ ਆਪਣੇ ਚ ਕਹਿੰਦੇ ਹੁੰਨੇ ਕਿ ਕਦੇ ਕਦੇ ਤੁਹਾਡੀਆਂ ਕਾਲਸ ਵੀ ਲਵਾਂਗੇ ਤਾਂ ਕਿ ਤੁਹਾਡੇ ਨਾਲ ਅਸੀਂ ਗੱਲਬਾਤ ਵੀ ਕਰ ਸਕੀਏ ਯਾ ਅੱਛਾ ਹੋ ਜਾਏਗਾ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਅਸਕਰ ਜੀ ਥੈਂਕ ਯੂ ਜੀ ਹੈਲੋ ਜੀ ਹੈਲੋ ਹੈਲੋ ਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹਾਂ ਜੀ ਲੱਖ ਲੱਖ ਵਧਾਈਆਂ ਤੁਹਾਨੂੰ 26 ਜਨਵਰੀ ਦੀਆਂ ਤੁਹਾਨੂੰ ਵੀ ਅਸੀਂ ਵਧਾਈਆਂ ਪੇਸ਼ ਕਰਦੇ ਆ ਕੌਣ ਬੋਲ ਰਿਹਾ ਰੀਪ ਸਿੰਘ ਦੇ ਜਨਮ ਦਿਨ ਦੀਆਂ ਵੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਵੀ ਅਸੀਂ ਬਤਾਈਏ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਆ ਥੈਂਕ ਯੂ ਜੀ ਬਹੁਤ ਵਧੀਆ ਨਾਈਸ ਹਾਂ ਜੀ ਤੁਸੀਂ ਆਪਣਾ ਨਾਮ ਦੱਸੋਗੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਅਸੀਂ ਸਾਊਥ ਹਾਲ ਤੋਂ ਜੀ ਅਮਰਜੀਤ ਸਿੰਘ ਖੱਕ ਬੋਲਦਾ ਜੀ ਅਮਰਜੀਤ ਜੀ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਆਂ ਔਰ ਸਵਾਗਤ ਕਰਦੇ ਆਂ ਕਿ ਤੁਸੀਂ ਟ ओके okay, जी पण जी चंगा सासरी काल जी सरस काल जी सरस काल अगली कॉलवल वदेंगे हेलो जी हेलो कॉलवल वदेंगे हेलो जी हेलो हेलो सस्री काल जी सस्री काल जी कौन बोल रहे हो मैं जी श्रीलम तो बोल रहा जी स्वीट इन तो थोड़ा स्वागत करते हैं जी आयानु ਤਾਂ ਮੈਂ ਇਹ ਰਹਾ ਤੁਹਾਡਾ ਪ੍ਰੋਗਰਾਮ ਦੇਖਾਸਤੇ ਮੈਂ ਕਹ ਰਹਾ ਬਬੋਸ ਥੈਂਕਸ ਫॉर एवरीथिंग ਬਰੀ ਨਾਈਸ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਤੁਸੀਂ ਕਾਲ ਕਰਕੇ ਦੱਸਦੇ ਹੋ ਬੜੇ ਸਾਡੇ ਹੌਸਲੇ ਬੁਲੰਦ ਕਰ ਦਿੰਨੇ ਹੋ ਕਿ ਮੈਂ ਪਹਿਲੀ ਵਾਰ ਦੇਖ ਰਹਾ ਆਪਣੇ ਇਸ ਤੇ ਕਿ ਜਿਹੜਾ ਲਾਈਵ ਪ੍ਰੋਗਰਾਮ ਹੀ ਅੰਦਰ ਤੇ ਮੈਂ ਆਮ ਵੈਰੀ ਹੈਪੀ ਫॉर दैट ਆ ਥੈਂਕ ਯੂ ਜੀ ਇਹ ਪ੍ਰੋਗਰਾਮ ਸਾਡਾ ਐਵਰੀ ਵੈਨਸਡੇ ਹੁੰਦਾ ਹੈ ਆਪਣੇ ਸਿਤਾਰੇ ਇਹਦੇ ਵਿੱਚ ਅਸੀਂ ਕਲਾਕਾਰਾਂ ਨੂੰ ਲੈ ਕੇ ਆਨੇ ਹੁੰਦੇ ਆ ਤੇ ਬਿਲਕੁਲ ਹੋ ਰਿਹਾ ਤੇ ਟੀਵੀ ਮੇਂ ਕੁਝ ਹੋਰ ਦੇਖ ਰਹੇ ਹਾਂ ਹਾਂਜੀ ਇਹ ਤਾਂ ਕੋਈ ਹੋਰ ਬੋਲ ਰਿਹਾ ਤੁਸੀਂ ਕੁਝ ਹੋਰ ਬੋਲ ਰਹੇ ਹੋ ਨਹੀਂ 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 ਇਹ ਥੋੜਾ ਡਿਲੇ ਤੇ ਅੱਜ ਆਈ ਡੋਨਟ ਨੋ ਇਹ ਇਹਨਾਂ ਦਾ ਕੀ ਸਿਸਟਮ ਕੰਟਰੋਲ ਰੂਮ ਚ ਚੱਲ ਰਿਹਾ ਹੈ ਨਹੀਂ ਤਾਂ ਅਸੀਂ ਤੁਸੀਂ ਮੇਰੇ ਨਾਲ ਹੀ ਗੱਲ ਕਰ ਰਹੇ ਹੋ ਓਕੇ ਥੈਂਕ ਯੂ ਜੀ ਥੈਂਕ ਯੂ ਫਾਰ ਕਾਲਿੰਗ ਅਗਲੀ ਕਾਲ ਵੱਲ ਵਧਾਂਗੇ ਹੈਲੋ ਜੀ ਹੈਲੋ 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 ਜੀ ਰਮੇਸ਼ ਸਪੀਕਿੰਗ ਹੈ ਵਾਟਸ ਅ ਨੇਮ ਰਮੇਸ਼ ਰਮੇਸ਼ ਜੀ ਵੈਲਕਮ ਟੂ ਦ ਸ਼ੋਅ ਹਾਊ ਆਰ ਯੂ ਡੂਇੰਗ ਯੂ ਆਰ Yes, fine, thank you. Yeah, I'm fine, yeah. Where are you um, speaking from? I'm just about, I can't even see your eyes. You can't see my eyes? Yeah, your eyes. Okay, I, well, I don't know. Today, they have put new set on and everything, so they must be doing something wrong somewhere. Ramesh ona nu sadi control room Okay ji. Thank you ji, agli call valvadange. Hello ji. ਹੈਲੋ ਚਲੋ ਹੁਣ ਥੋੜੀ ਜੀ ਪਹਿਲਾਂ ਬ੍ਰੇਕ ਵੱਲ ਚਲੀਏ ਥੋੜੀਆਂ ਲਾਈਨਾਂ ਦਾ ਬਹੁਤ ਬਿਜ਼ੀ ਹੈ ਲੇਕਿਨ ਬ੍ਰੇਕ ਤੋਂ ਬਾਅਦ ਫੇਰ ਸਭ ਦਾ ਅਸੀਂ ਸਵਾਗਤ ਕਰਾਂਗੇ ਜੀ ਆਇਆਂ ਨੂੰ ਕਹਾਂਗੇ ਸਟੇ ਟਿਊਨ ਵੀ ਵਿਲ ਬੀ ਬੈਕ ਸੂਨ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਮੇਰੇ ਦੇਸ਼ ਦੀ ਧਰਤੀ ਬਹੁਤ ਹੀ ਖੂਬਸੂਰਤ ਤੁਸੀਂ ਇਹ ਗੀਤ ਸੁਣਿਆ ਹਮੇਸ਼ਾ ਆਪ ਆਪਨੇ ਧਰਤੀ ਦੀ ਗੱਲ ਕਰਦੇ ਆ ਆਪਣੇ ਦੇਸ਼ ਦੀ ਗੱਲ ਕਰਦੇ ਆ ਬਹੁਤ ਹੀ ਖੂਬਸੂਰਤ ਗੀਤ ਨਾਲ ਸਾਰੇ ਫਿਲਮਾਂ ਦੇ ਵਿੱਚ ਇਹੇ ਸਵਾਰਿਆ ਹੋਇਆ ਕਿ ਅਸੀਂ ਆਜ਼ਾਦੀ ਦਾ ਦਿਨ ਮਨਾਨੇ ਆ ਮੈਂ ਹਿੰਦ ਦਾ ਜਵਾਨ ਹਾਂ ਮੌਤ ਨਾਲ ਲੜਨ ਵਾਲਾ ਸੂਲੀ ਉੱਤੇ ਚੜਨ ਵਾਲਾ ਹਿੰਦ ਦਾ ਜਵਾਨ ਹਾਂ ਕਿਹੜਾ ਪੁੱਤ ਮਾਈ ਦਾ ਜੋ ਰਾ ਰੋਕੀ ਆਂ ਮੇਰਾ ਦੇਸ਼ ਲਈ ਰਖਦਾ ਤਲੀ ਤੇ ਜਾਨ ਹਾਂ ਮੈਂ ਹਿੰਦ ਦਾ ਜਵਾਨ ਹਾਂ ਮੈਂ ਹਿੰਦ ਦਾ ਜਵਾਨ ਹਾਂ ਹਮੇਸ਼ਾ ਹਰ ਇੱਕ ਨਾਗਰਿਕ ਦੇ ਦਿਲ ਵਿੱਚ ਆਪਣੇ ਦੇਸ਼ ਬਾਰੇ ਐਸੇ ਜਿਸ ਜਬਾਤ ਹੋਣੇ ਚਾਹੀਦੇ ਜਦੋਂ ਦੇਸ਼ ਤੇ ਆਣ ਪਣੇ ਤਾਂ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿ ਅਸੀਂ ਦੇਸ਼ ਲਈ ਕੁਰਬਾਨੀ ਦੇਣੀ ਹੈ ਲੇਕਿਨ ਸਾਡੇ ਮਾਵਾਂ ਦੇ ਦਿਲ ਐਸੇ ਆ ਕਿ ਜੇ ਰਖ ਚਰੀਟ ਆ ਜੇ ਆਪਾਂ ਆਪਣੇ ਪੁੱਤ ਨੂੰ ਦੇਖਦੇ ਹਾਂ ਕਿ ਸੱਟ ਤਾਂ ਨਹੀਂ ਲੱਗੀ ਲੇਕਿਨ ਤਨ ਹੈ ਉਹ ਮਾਵਾ ਜਿਨ੍ਹਾਂ ਦੀਆਂ ਬਾਰਡਰ ਤੇ ਜਿਨ੍ਹਾਂ ਦੇ ਜਵਾਨ ਬੱਚੇ ਉੱਥੇ ਸਾਡੇ ਦੇਸ਼ਾਂ ਲਈ ਕੁਰਬਾਨੀਆਂ ਦੇ ਰਹੇ ਨੇ ਔਰ ਅਸੀਂ ਕਾਲਸ ਵੱਲ ਚੱਲਾਂਗੇ ਥੋੜੀਆਂ ਰਿਪਬਲਿਕ ਦੇ ਉੱਪਰ 26 ਜਨਵਰੀ ਦੇ ਉੱਪਰ ਵਧਾਈਆਂ ਲਵਾਂਗੇ ਕਿਉਂਕਿ ਸਾਡੇ ਕਲਾਕਾਰ ਪਤਾ ਨਹੀਂ ਕਿਸ ਕਾਰਨ ਕਰਕੇ ਥੋੜੇ ਲੇਟ ਹੋ ਗਏ ਨੇ ਥੋੜੇ ਕੀ ਹੁਣ ਤੱਕ ਟਾਈਮ ਬਹੁਤ ਹੀ ਥੋੜਾ ਰਹਿ ਗਿਆ ਲੇਕਿਨ ਕਾਲਸ ਵੱਲ ਵਧਾਂਗੇ ਹੈਲੋ ਜੀ ਹੈਲੋ ਹੈਲੋ ਸਸਤੀ ਕਾਲ ਜੀ ਜੀ ਹੈਲੋ ਹੈਲੋ ਜੀ ਮੈਂ ਲੰਗਰ ਸੇ ਬੋਲ ਰਹਾ ਹਾਂ हाँ जी कौन बोल रहे थैंक यू वेरी मच आपको सलाम पेश करता हूँ अच्छा, तो मुझे आप थोड़ा सा ये अलर्ट करिए हाँ जी आप कि आप किन लोगों से आजाद हुए थे जो आ, आज आप अपनी आजादी का दिन मना रहे हैं हाँ जी हेलो हेलो कॉल पता नहीं क्यों ये ना ड्रॉप हो की कहना चारे सी अंग्रेज ना कलु असि आजाद असि आजादी की ना सेमिनारिया अगली कॉल वाल चलेंगे हेलो जी हेलो ओ बोलो प्यारेओ हेलो जी हेलो 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 जी हेलो सस्दी काल जी सस्दी काल जी कौन बोल रहे हो ਮੈਂ ਜੀ ਹੀਰਾ ਸਿੰਘ ਜੀ ਬੋ ਰਿਹਾ ਸਟੁੱਟਗਾਰਟ ਤੋਂ ਜੀ ਤੁਹਾਡਾ ਸਵਾਗਤ ਕਰਦੇ ਆ ਸਟੁੱਟਗਾਰਟ ਵਾਲਿਓ ਹਾਂ ਜੀ ਹੋਰ ਸਭ ਜਨਮ ਦਿਨਾਂ ਸਭ ਜਗਤ ਨੂੰ ਵਧਾਈਆਂ ਹੋਣ ਜੀ ਅੱਛਾ 26 ਜਨਵਰੀ ਦਿਨ ਅਸੀਂ ਤੁਹਾਨੂੰ ਵੀ ਵਧਾਈਆਂ ਪੇਸ਼ ਕਰਦੇ ਆ ਹਾਂ ਜੀ ਮੇਰਾ ਦੋਸਤ ਹਾਂ ਜੀ ਹਾਂ ਜੀ ਕੁਝ ਸੁਣਾਣਾ ਚਾਹੋਗੇ 26 ਜਨਵਰੀ ਦੇ ਉੱਪਰ ਸਭ ਜਨਮ ਦਿਨ ਦੀ ਕੀ ਸੁਣਾਣਾ ਸਭ ਨੂੰ ਜਗਤ ਨੂੰ ਵਧਾਈਆਂ ਦੇਣਾ ਚਾਹੁੰਦੇ ਆ ਜੀ ਬਿਲਕੁਲ ਬਿਲਕੁਲ ਅਸੀਂ ਵੀ ਤੁਹਾਨੂੰ ਵਧਾਈਆਂ ਪੇਸ਼ ਕਰਦੇ ਆ ਔਰ ਹੋਰ ਕੁਝ ਕਹਿਣਾ ਚਾਹੋਗੇ ਹਾਂਜੀ ਕੁਝ ਕਹਿਣਾ ਚਾਹੋਗੇ ਬਾਜੀ ਸਭ ਜਗਤ ਨੂੰ ਵਧਾਈਆਂ ਹੁਣ ਮੇਰੇ ਦੋਸਤਾਂ ਸੱਜਣਾ ਮਿੱਤਰਾਂ ਨੂੰ ਤੇਜ ਸਿੰਘ ਸਟੂਟਗਾਰਟ ਤੋਂ ਜੀ ਬਿਲਕੁਲ ਅਸੀਂ ਸਾਰੇ ਸਟੂਡੈਂਟ ਗਵਾਲਿਆਂ ਨੂੰ ਸਾਰਿਆਂ ਨੂੰ ਵਧਾਈਆਂ ਪੇਸ਼ ਕਰਦੇ ਆਂ ਥੈਂਕ ਯੂ ਫॉर ਕਾਲਿੰਗ ਔਰ ਅਗਲੀ ਕਾਲ ਵੱਲ ਚਲਾਂਗੇ ਹੈਲੋ ਜੀ ਹੈਲੋ 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 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਵਧਾਈਆਂ ਦੇਣੀਆਂ ਸੀ 26 ਜਨਵਰੀ ਦੀਆਂ ਤੁਸੀਂ ਕੌਣ ਬੋਲ ਰਹੇ ਹੋ ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ ਮੈਂ ਦਰਬੀ ਤੋਂ ਮਨਜੀਤ ਬੋਲਦੀ ਹਾਂ ਜੈ ਵੀ ਤੋਂ ਮਨਜੀਤ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਇਹ ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ ਹੈ ਬਹੁਤ ਸ਼ੁਕਰੀਆ ਜੀ ਗਾਣੇ ਵੀ ਬਹੁਤ ਅੱਛੇ ਤੁਸੀਂ ਲਾਏ ਆ ਹੋਰ ਵੀ ਦੇਸ਼ ਭਗਤੀ ਦੇ ਕੋਈ ਗਾਣੇ ਹੋਰ ਹੈ ਤਾਂ ਉਹ ਵੀ ਲਾਓ ਤੁਸੀਂ ਜ਼ਰੂਰ ਜੀ ਅਸੀਂ ਅੱਜ ਤੁਹਾਨੂੰ ਯਾਦ ਦਿਲਾ ਰਹੇ ਹਾਂ ਕਿ ਅੱਜ ਦਾ ਦਿਨ ਅਸੀਂ ਬੜੀ ਖੁਸ਼ੀਆਂ ਨਾਲ ਮਨਾਣੇ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਤੁਸੀਂ ਆਜ਼ਾਦੀ ਦਿਨ ਮਨਾ ਰਹੇ ਹੋ ਬਿਲਕੁਲ ਇਹ ਤੁਹਾਡੇ ਨਾਲ ਹੈ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਤੁਹਾਡੇ ਸਾਰਿਆਂ ਨਾਲ ਸਾਂਝਦੇ ਨੇ ਹਾਂਜੀ ਹਾਂਜੀ ਓਕੇ ਪੰਜੀ ਓਕੇ ਮਨਜੀ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਅਗਲੀ ਕਾਲ ਵੱਲ ਵਧਾਂਗੇ ਹੈਲੋ 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 ਜੀ ਹੈਲੋ ਜੀ ਜੀ ਮੈਂ ਅੱ비 ਆਪਕੋ ਪ੍ਰੋਗਰਾਮ ਦੇਖਾ हाँ जी तो बड़ा अच्छा प्रोग्राम है लेकिन ये किस में है ये आज रिपब्लिक डे मना रहे हैं ट्वेंटी ये प्रोग्राम तो वैसे अपने तो सितारे आच्छा। प्रोग्राम हम कलाकार लेके आते हैं लेकिन आज हमारे कलाकार कुछ रास्ते में पता नहीं क्या प्रॉब्लम हो गई तो इसलिए हम छब्बीस जनवरी का दिन मना रहे हेलो अगली कॉल वालोंगे हेलो जी ਹੈਲੋ ਜੀ ਸਤਿ ਸ਼੍ਰੀ ਅਕਾਲ ਜਗਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਰਵਨੀਤ ਰਵਨੀਤ ਬੋਲ ਰਹੀ ਹਾਂ ਲੈਸਟਰ ਤੋਂ ਜੀ ਰਵਨੀਤ ਜੀ ਤੁਹਾਡਾ ਸਵਾਗਤ ਕਰਦੇ ਹਾਂ ਲੈਸਟਰ ਵਾਲਾ ਲੈਸਟ ਦੀਆਂ ਵਾਦੀਆਂ ਹਸੀਨ ਵਾਦੀਆਂ ਹਾਂਜੀ ਹਸੀਨ ਵਾਦੀਆਂ ਹਰੀਆ ਹਰੀਆ ਵਾਦੀਆਂ ਸਾਡੀਆਂ ਪਿਆਰੀਆਂ ਵਾਦੀਆਂ ਬਿਲਕੁਲ 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 ਕੀ ਹਾਲ ਚਾਲ ਹੈ ਬਿਲਕੁਲ ਠੀਕ ਠਾਕ ਸਾਰਿਆਂ ਨੂੰ ਵਧਾਈਆਂ ਦੇਣਾ ਚਾਹੁੰਦੇ ਆ ਗੰਨਾ ਆਪਣੇ ਰਿਪਬਲਿਕ ਦੇ ਦੀਆਂ ਬਿਲਕੁਲ ਅਸੀਂ ਤੁਹਾਨੂੰ ਵੀ ਵਧਾਈਆਂ ਪੇਸ਼ ਕਰਦੇ ਆ ਹਾਂਜੀ 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 ਤੇ ਬਹੁਤ ਹਾਂਜੀ ਚਲੋ ਹੁਣ ਅਸੀਂ ਤਾਂ ਆਪਣੇ ਦੇਸ਼ ਤੋਂ ਦੂਰ ਬੈਠੇ ਆ ਪਰ ਇਦਾਂ ਟੀਵੀ ਪ੍ਰੋਗਰਾਮਾਂ ਦੇ ਨਾਲ ਜਾਂ ਆਪਾਂ ਜੋ ਵੀ ਬਣਾਉਨੇ ਕਰਦੇ ਆਂ ਪ੍ਰੋਗਰਾਮ ਇੱਥੇ ਉਹਦੇ ਕਰਕੇ ਆਪਾਂ ਯਾਦ ਕਰ ਲੈਣੇ ਆਪਣੇ ਹਨਾ ਬਿਲਕੁਲ 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 ਹਾਂਜੀ ਇਹ ਤਾਂ ਪਤਾ ਕੀ ਵਿਦੇਸ਼ਾਂ ਚ ਆ ਕੇ ਆਪਾਂ ਰਵਨੀਤ ਜੀ ਇਹ ਦੇਖਦੇ ਆ ਕਿ ਬਈ ਨਹੀਂ ਮਨਾ ਸਕਦੇ ਆਪਣੇ ਦੇਸ਼ਾਂ ਦੇ ਕਈ ਤਿਹਾਰ ਲੇਕਿਨ ਮੈਂ ਸੱਚੀ ਦੱਸਾਂਗੀ ਕਿ ਵਿਦੇਸ਼ਾਂ ਚ ਬੈਠ ਕੇ ਆਪਾਂ ਜਦੋਂ ਇਹ ਜਿਹੇ ਤਿਹਾਰ ਮਨਾਨੇ ਬੜਾ ਹੀ ਅੱਛਾ ਲੱਗਦਾ ਹੈ ਜਦੋਂ ਸਾਂਝੇ ਤਿਹਾਰ ਸਾਰੇ ਜਣੇ ਮਨਾਉਂਦੇ ਬਿਲਕੁਲ ਜੀ ਹਾਂ ਜੀ ਸਾਰੇ ਜਣੇ ਮਿਲ ਕੇ ਬਣਾਉਂਦੇ ਆ ਹਨਾ ਕੁਛ ਸੁਣਾਣਾ ਚਾਹੋਗੇ ਰਵਨੀਤ ਜੀ ਓ ਗਾਡ ਨਹੀਂ ਮੈਂ ਤਾਂ ਹੁਣੀ ਟੀਵੀ ਆਨ ਕੀਤਾ ਸੀ ਮੈਨੂੰ ਮੈਂ ਤਾਂ ਦੇਖਦੇ ਆ ਅੱਜ ਤੁਸੀਂ ਕਿਹਨੂੰ ਲੈ ਕੇ ਆਏ ਆਂ ਪਰ ਫਿਰ ਗਾਣਾ ਚਾਹੁੰਦੇ ਮੈਂ ਤਾਂ ਸੈਨਾ ਕਿ ਸਾਡੇ ਗੱਲਾਂ ਕਹਿਰ ਅੱਜ ਥੋੜੀ ਲੇਟ ਹੋ ਗਈ ਮੇਰਾ ਤਾਂ ਕੁਛ ਵੀ ਹਾਂ ਜੀ ਹਾਂ ਚਲੋ ਬਹੁਤ ਸ਼ੁਕਰੀਆ ਯਾਦ ਕਰਨ ਦਾ ਰਵਨੀਤ ਜੀ ਹਾਂ ਜੀ ਬਿਲਕੁਲ ਸਸਤੀ ਥਾਲ ਜਗਤ ਸਸਤੀ ਕਾਲ ਸਸਤੀ ਕਾਲ ਔਰ ਐਸੇ ਇੱਕ ਗੀਤ ਵਾਲ ਚੱਲਾਂਗੇ ਮੈਨੂੰ ਲੱਗਦਾ ਸਾਡੇ ਕਲਾਕਾਰ ਪਹੁੰਚੇ ਵਕਤ ਬਹੁਤ ਥੋੜਾ ਹੈ ਲੇਕਿਨ ਗੀਤ ਸੁਣੋ ਤੇ ਆਪਾਂ ਉਹਨਾਂ ਨਾਲ ਚਲੋ ਸਤਿ ਸ਼੍ਰੀ ਅਕਾਲ ਕਰਾਂਗੇ ਵਧਾਈਆਂ ਦੇਵਾਂਗੇ 26 ਜਨਵਰੀ ਦੀਆਂ ਬ੍ਰੇਕ ਵਾਲ ਚੱਲਦੇ ਆ ਗੀਤ ਵਾਲ ਸਟੇ ਟਿਊਨ ਵੀ ਵਿਲ ਬੀ ਬੈਕਸ ਲੋ ਦੋਸਤੋ ਮੈਂ ਕਿਹਨਾਂ ਸਿਰਫ 5 ਮਿੰਟ ਰਹਿ ਗਏ ਨੇ ਸਾਡੇ ਔਰ ਸਾਡੇ ਗੈਸਟ ਵੀ ਹੁਣੇ ਪਹੁੰਚੇ ਐ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਸਤਿ ਸ਼੍ਰੀ ਅਕਾਲ ਕਰਾਂਗੇ ਇਹਨਾਂ ਦਾ ਸਵਾਗਤ ਕਰਾਂਗੇ ਮੇਰੇ ਨਾਲ ਨੇ ਬਲਰਾਜ ਸਿੱਧੂ ਜੀ ਜਿਹੜੇ ਕਿ Songwriters ਨੇ ਔਰ ਇਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇ ਦਿੱਤੇ ਇਹ ਮੌਕਾ ਕੀ ਮੁਬਾਰਕਬਾਦ ਦੇ ਸਕੀਏ 26 ਜਨਵਰੀ ਬਿਲਕੁਲ ਮੈਂ ਵਿਊਅਰਸ ਨੂੰ ਹਾਂਜੀ ਤੇ ਮੇਰੇ ਕੋਲ ਸਾਰੇਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਨਾਲ ਬਹੁਤ-ਬਹੁਤ ਮੁਬਾਰਕਾਂ 26 ਜਨਵਰੀ ਦੀਆਂ ਤੁਹਾਨੂੰ ਵੀ ਅਸੀਂ ਮੁਬਾਰਕਾਂ ਬੇਸ਼ਕ ਕਰਦੇ ਆਂ ਔਰ ਸਾਡੇ ਨਾਲ ਨੇ ਗੁਰਮੇਸ਼ ਮੈਲੀ ਜੀ ਇੱਕ ਗਲਾਕਾਰ ਨੇ ਸਿੰਗਰ ਨੇ ਤੁਹਾਡਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਵਧਾਈਆਂ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਜੀ ਅੱਜ ਦਾ ਜੀ ਬਹੁਤ ਅੱਛਾ ਦਿਨ ਹੈ 26 ਜਨਵਰੀ ਸਾਡੇ ਹਿੰਦੁਸਤਾਨ ਲਈ ਬਹੁਤ ਵੱਡੀ ਗੱਲ ਹੈ ਇਸ ਸਾਰੇ ਇਕੱਠਿਆਂ 26 ਜਨਵਰੀ ਦੀ ਲੋਹੜੀ ਦੀ ਨਵੇਂ ਸਾਲ ਦੀ ਸਾਰੇ ਜਿੰਦੇ ਹਿੰਦੁਸਤਾਨੀਆਂ ਨੂੰ ਜਨਮ ਦਿਨ ਦੀ ਮੁਬਾਰਕਾ ਜੀ ਬਿਲਕੁਲ ਔਰ ਮੇਰੇ ਨਾਲ ਨੇ ਜਸਵਿੰਦਰ ਜੱਸੀ ਜੀ ਸਾਡੇ ਫੀਮੇਲ ਸਿੰਗਰ 올 ਦਾ ਵੇ ਫਰੋਮ 버밍ਹਮ ਤੋਂ ਆਇਨੇ ਸਵਾਗਤ ਕਰਾਂਗੇ ਸਸਤੀਕਾਲ ਜੀ ਸਸਤੀਕਾਲ ਜੀ ਤੁਸੀਂ ਤਾਂ ਰੁੱਸੇ ਜੇ ਲੱਗਦੇ ਹੋ ਮਤਲਬ ਥੱਕੇ ਥੱਕੇ ਜੇ ਲੱਗਦੇ ਹੋ ਨਹੀਂ ਨਹੀਂ ਹਾਂਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਵਧਾਈਆਂ ਪੇਸ਼ ਕਰੋਗੇ ਮੈਂ ਜਿੰਨੇ ਵੀ ਸਰੋਤੇ ਵੀਲਸ ਟੀਵੀ ਤੇ ਇਸ ਵੇਲੇ ਜੁੜੇ ਹੋਇਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ 26 ਜਨਵਰੀ ਦੇ ਦੇਣਾ ਚਾਹੁੰਨੀ। ਹਾਂਜੀ। ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੋਹੜੀਆਂ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ। ਬਿਲਕੁਲ ਬਿਲਕੁਲ। ਹਾਂਜੀ। ਅੱਛਾ ਜਸਵਿੰਦਰ ਜੀ ਇੱਕ ਕਦੀ ਲਾਈਨ ਸਾਨੂੰ ਆਪਣੇ ਸੁਰ ਸੁਣਾ ਹੀ ਦਿਓ। ਲੱਗਦੇ ਹਾਕ ਫਿਰ ਆਪਾਂ ਗੁਰਮੀਸ਼ ਮੇਲੀ ਜੀ ਕੋਲੋਂ ਫਿਰ ਕਿਉਂਕਿ ਵਕਤ ਜਿਹੜਾ ਭੱਜਿਆ ਜਾ ਰਿਹਾ ਹੈ। ਮੈਂ ਫਿਰ ਤੁਸੀਂ ਬੜਾ ਲੰਬਾ ਸਫ਼ਰ ਕਰਕੇ ਆਏ ਹੋ ਟ੍ਰੈਫਿਕ ਵਿੱਚ ਮੈਂ ਇੱਕ ਗੀਤ ਇੱਥੇ ਮੇਰਾ ਰਿਲੀਜ਼ ਹੋਇਆ ਕਾਫੀ ਗੀਤ ਤਾਂ ਅੱਧਾ ਰਿਲੀਜ਼ ਹੋਏ ਆ ਪਰ ਮੈਂ ਇੱਕ ਗੀਤ ਹੋਰ ਜਿਹੜਾ ਮੈਨੂੰ ਚੰਗਾ ਲੱਗਦਾ ਹੈ ਹਾਂ ਜੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਬਲਰਾਜ ਜੀ ਦੇ ਗਾਣੇ ਮੈਂ ਕੀਤੇ ਕਾਫੀ ਤੇ ਮੈਂ ਉਹ ਗਾਣੇ ਆਪੀ ਦੀ ਨਜ਼ਰ ਕਰਾਂਗੀ ਇੱਕ ਗੀਤ ਮੈਂ ਇੱਥੇ ਜਿਹੜਾ ਮੇਰਾ ਰਿਲੀਜ਼ ਹੋਇਆ ਸੀ ਉਹ ਸਾਰਿਆਂ ਸੁਣਾਵਾ ਚਾਹੁੰਦੀ ਸਰੋਤਿਆਂ ਨੂੰ ਦਰਸ਼ਕਾਂ ਸਾਡੇ ਬਿਲਕੁਲ ਹਾਂ ਜੀ ਹੂੰ ਹੂੰ ਦਿੱਲੇ ਉਤੇ ਨਾ ਲਿਖਿਆ ਤੇਰਾ ਸੱਜਣਾ ਜੀ ਨਹੀਂ ਲੱਗਦਾ ਮੇਰਾ ਦਿਲ ਉੱਤੇ ਨਾ ਲਿਖਿਆ ਤੇਰਾ ਸੱਜਣਾ ਜੀ ਨਹੀਂ ਲੱਗਦਾ ਮੇਰਾ ਹੁਣ ਤੇਰੇ ਹੱਥ ਮੇਰੀ ਡੋਰੀ ਇੱਕ ਤਾਰਾ ਵੱਜਦਾ ਵੇ ਰਾਜਣਾ ਨੂਰ ਮੈਲਦੀ ਮੋਰੀ ਚੱਲ ਵਿਆਹ ਕਰਵਾ ਲਈਏ ਰਾਜਣਾ ਤੂੰ ਕਾਲਾ ਮੈਂ ਗੋਰੀ ਕਿਆ ਬਾਤ ਹੈ ਕਿਆ ਬਾਤ ਇਹ ਗਾਣਾ ਕਿਨੇ ਲਿਖੇ ਇਹ ਗਾਣਾ ਸਾਡੇ ਬਲਰਾਜ ਸਾਹਿਬ ਨੇ ਲਿਖਿਆ ਜੀ ਬਲਰਾਜ ਸਾਹਿਬ ਦੇ ਗਾਣੇ ਹੋਰ ਵੀ ਹੈ ਅੱਛਾ ਇਹ ਮਨੂ ਕਾਲਾ ਗੋਰੀ ਵਾਲੇ ਲਿਖਤਾ ਹੈ ਉਹ ਤਾਂ ਹੁਣ ਇਹ ਤਾਂ ਵਿਚਾਰੇ ਮੇਲੇ ਦਾ ਟ੍ਰੈਫਿਕ ਚਾਕੇ ਨਾ ਬੜੇ ਹੀ ਸਭ ਨੂੰ ਖੁਸ਼ ਰੱਖਣਾ ਪੈਂਦਾ ਨਾ ਬਈ ਰੰਗ ਦਾ ਲੋਈ ਨੇ ਰੰਗ ਦਾ ਲੋਈ ਏ ਚਿੱਟਾ ਸੱਚੀ ਗੱਲ ਹੈ ਸਾਡੇ ਕਾਲਿਆਂ ਵਰਗੇ ਨੇ ਵੀ ਤਾਂ ਜੀਣਾ ਹੈ ਨਾ ਇਹਨਾਂ ਤੇ ਵੀ ਧਿਆਨ ਰੱਖਿਆ ਕਰੋ ਕਾਲਿਆਂ ਵਾਲੇ ਵੀ ਮੇਲੀ ਸਾਹਿਬ ਤੁਸੀਂ ਸੁਣਾਉਂਗੇ ਇੱਕ ਕਦੀ ਲਾਈਨ ਇਦਾਂ ਭੈ ਜੀ ਕਿ ਸਿੱਧੂ ਸਾਹਿਬ ਦੇ ਬਹੁਤ ਸਾਰੇ ਗੀਤ ਮੈਂ ਗਾਏ ਨੇ ਰਿਕਾਰਡ ਕੀਤੇ ਨੇ ਇੱਥੇ ਵੀ ਕੀਤੇ ਆ ਤੇ ਇੰਡੀਆ 'ਚ ਵੀ ਕੀਤੇ ਹਾਂ ਥੋੜਾ ਥੋੜਾ ਥੜਾਵਾਂਗਾ ਪਰ ਉਸ ਤੋਂ ਪਹਿਲਾਂ ਜਿਹਦੇ ਮੇਰੇ ਅੱਜ ਇੱਕ ਬਹੁਤ ਵੱਡਾ ਦਿਨ ਹੈ ਬਹੁਤ ਹੀ ਖੁਸ਼ੀ ਵਾਲਾ ਮੌਕਾ ਹੈ ਹਾਂਜੀ ਤੇ ਮੈਂ ਚਾਹੂੰਗਾ ਦੇਸ਼ ਪਿਆਰ ਦੀ ਹਲਕੀ ਜੀ ਗੱਲ ਕੀਤੀ ਜਾਵੇ ਲੰਬੀ ਹੋਣੀ ਸੋ ਮੈਂ ਸਾਡੇ ਜਿਹੜੇ ਹਿੰਦੁਸਤਾਨ ਦਾ ਇੱਕ ਸਰਦਾਰ ਬਹਾਦਰ ਹੋਇਆ ਸ਼ਹੀਦ ਆਜ਼ਮ ਸਰਦਾਰ ਬਹਾਦਰ ਭਗਤ ਸਿੰਘ ਉਹਦੀ ਗੱਲ ਮੈਂ ਇੱਕ ਮਿੰਟ ਦੇ ਵਿੱਚ ਹੀ ਲਾਗੇ ਕਰ ਦਿਆਂਗਾ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਦੇਸ਼ ਨੂੰ ਯਾਦ ਕਰਾਉਣ ਵਿੱਚ ਸੋ ਉਹਨਾਂ ਦਾ ਇੱਕ ਮੈਗੀ ਰਿਕਾਰਡ ਕੀਤਾ ਜਿਸ ਵੇਲੇ ਉਹਨੂੰ ਫਾਂਸੀ ਚੜਾਉਣ ਵਾਸਤੇ ਤਿੰਨ ਜਣਾਂ ਨੂੰ ਲੈ ਕੇ ਜਾ ਰਹੇ ਨੇ ਰਾਜਗੁਰੂ ਸਖਦੇਵ ਤੇ ਭਗਤ ਸਿੰਘ ਜੀ ਨੂੰ ਉੱਥੇ ਕਿਸੇ ਰਾਈਟਰ ਨੇ ਲਿਖੀ ਗੱਲ ਕਹਿੰਦਾ ਉਹ ਪੈਰਾਂ ਦੇ ਵਿੱਚ ਬੇੜੀਆਂ ਹੱਥ ਕੜੀਆਂ ਲਾਈਆਂ ਪੈਰਾਂ ਦੇ ਵਿੱਚ ਬੇੜੀਆਂ ਹੱਥ ਕੜੀਆਂ ਲਾਈਆਂ ਭਗਤ ਸੋ ਕਹਿੰਦਾ ਹੋ ਗਈਆਂ ਅੱਜ ਵਿਆਹ ਕੁੜਮਾਈਆਂ ਉਹ ਭਗਤ ਸਿਉ ਕਹਿੰਦਾ ਹੋ ਗਈਆਂ ਅੱਜ ਵਿਆਹ ਕੁੜਮਾਈਆਂ ਉਹ ਰਾਜਗੁਰੂ ਸੁਖਦੇਵ ਸਿਗੇ ਦੋ ਬੀਰ ਬਰਾਤੀ ਉਹ ਹੱਸਿਆਸ ਪਾਉਂਦੇ ਭਾਬੋ ਦੇ ਮੁਖੜੇ ਦੀ ਝਾਤੀ ਉਹ ਮਿਲ ਸਭ ਵੀ ਐਸੀਆਂ ਕਹਿੰਦੇ ਪਰਜਾਈਆਂ ਭਗਤ ਸਿਓ ਕਹਿੰਦਾ ਹੋ ਗਈਆਂ ਭਈ ਅੱਜ ਵਿਆਹ ਕੁੜਮਾਈਆਂ ਭਗਤ ਸਿਓ ਕਹਿੰਦਾ ਹੋ ਗਈਆਂ ਅੱਜ ਵਿਆਹ ਕੁੜਮਾਈਆਂ ਬਹੁਤ ਅੱਛੇ ਬਹੁਤ ਅੱਛੇ ਔਰ ਮੈਂ ਤੁਹਾਨੂੰ ਖੁਸ਼ਖਬਰੀ ਇਹ ਸੁਨਾਨੀ ਆ ਕਿ ਤੁਹਾਡੇ ਆਨ ਦੀ ਸਾਡੇ ਦਰਸ਼ਕਾਂ ਨੇ ਫੋਨ ਤੇ ਫੋਨ ਕਰ ਰਹੇ ਨੇ ਕਿ ਇਹ ਪ੍ਰੋਗਰਾਮ ਨੂੰ ਵਧਾਇਆ ਜਾਵੇ ਸੋ ਮੈਂ ਇਹ ਦੇਖ ਰਹੀ ਕਿ ਸਾਡਾ ਇਸ ਤੋਂ ਬਾਅਦ ਪ੍ਰੋਗਰਾਮ ਆ ਰਿਹਾ ਅਦਾਲਤ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਘੰਟਾ ਇੱਥੇ ਸਜਾਂਗੇ ਕਿਉਂਕਿ ਤੁਸੀਂ ਇੰਨੀ ਦੂਰੋਂ ਆਇਓ ਕੋਈ ਨਾ ਸੋ ਮੈਂ ਦੱਸਾਂਗੀ ਦਰਸ਼ਕੋ ਕਿ ਨੋਟ ਅ ਦਾਸ ਹੁਣ ਪ੍ਰੋਗਰਾਮ ਹੋਏਗਾ ਅਦਾਲਤ ਜਿਹੜਾ ਤੁਸੀਂ ਦੇਖ ਸਕੋਗੇ ਲੇਕਿਨ 10 ਵਜੇ ਫੇਰ ਤੁਹਾਡੀ ਕਚਹਿਰੀ ਵਿੱਚ ਅਸੀਂ ਹਾਜ਼ਰ ਹੋਵਾਂਗੇ ਕਿਉਂਕਿ ਕਚਹਿਰੀ ਕਹਾਂਗੇ ਕਿਉਂਕਿ ਇਹਨਾਂ ਕਰਕੇ ਲੇਟ ਹੋਈ ਤੇ ਮੈਨੂੰ ਵੀ ਇਹ ਨਾਲ ਸਜ਼ਾ ਜ਼ਰੂਰ ਮਿਲੇਗੀ ਲੇਕਿਨ ਸਜ਼ਾ ਨਹੀਂ ਪੂਰਾ ਤੁਹਾਡਾ ਇਹ ਐਂਟਰਟੇਨਮੈਂਟ ਕਰਨਗੇ ਆਪਣੇ ਬਾਰੇ ਦੱਸਣਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਦੀ ਲਾਈਫ ਇੰਡਸਟਰੀ ਦੇ ਵਿੱਚ ਆਏ ਸੋ 10 ਤੋਂ 11 ਦੇਖਣਾ ਨਾ ਭੁੱਲਣਾ ਅਸੀਂ ਆ ਰਹੇ ਹਾਂ ਵਾਪਿਸ ਪੂਰੇ 10 ਵਜੇ ਸਟੇ ਟਿਊਨ ਵੀ ਵਿਲ ਬੀ ਬੈਕ ਸੂਨ 10:00 ਲੇਕਿਨ ਆਫਟਰ ਅਸ ਇਸ ਅਦਾਲਤ ਡੋਨਟ ਫੋਰਗੇਟ ਟੂ ਵ Vitas bringing art to jewellery costume designer jewellery bangles binders hair accessories specialist in bridal jewellery plus exclusive wedding accessories We also do wholesale Vitas 137 Belgrave Road Leicester call Leicester 0116 261-1888 Vitas bringing art to jewelry.